ਇਹਨਾਂ ਵੱਲੋਂ ਵੀ UPSC ਦਾ ਜਿਹੜਾ ਹੈਗਾ ਸੀਗਾ ਟੈਸਟ ਦਿੱਤਾ ਗਿਆ ਔਰ ਉਸ ਤੋਂ ਬਾਅਦ 174 ਰੈਂਕ ਦੇ ਨਾਲ ਜਿਹੜਾ ਹੈਗਾ ਇਹਨਾਂ ਵੱਲੋਂ ਇਸ ਟੈਸਟ ਨੂੰ ਪਾਸ ਕੀਤਾ ਗਿਆ। ਪਹਿਲਾਂ ਸਰ ਬਹੁਤ ਬਹੁਤ ਮੁਬਾਰਕ। ਥੈਂਕ ਯੂ ਸੋ ਮਚ। ਹਾਂਜੀ, ਪਲਾਨ ਤਾਂ ਕੁਛ ਹੋਰ ਸੀਗਾ ਪਰ ਕੋਵਿਡ ਆ ਗਿਆ ਉਦੋਂ, ਫਿਰ ਆਨਲਾਈਨ ਹੀ ਸਾਰੀ ਤਿਆਰੀ ਕੀਤੀ ਤਾਂ ਕਰਕੇ। ਖੁਸ਼ੀ ਬਹੁਤ ਹੈ ਕਿਉਂਕਿ ਜਦੋਂ ਅਸੀਂ ਤਿਆਰੀ ਸ਼ੁਰੂ ਕਰਦੇ ਹਾਂ ਹਰ ਇੱਕ ਦਾ ਇਹੀ ਸੁਪਨਾ ਹੁੰਦਾ ਹੈ ਕਿ ਮੈਂ ਜਿਹੜੀ ਉਹ ਫਾਈਨਲ ਰਿਜ਼ਲਟ ਵਾਲੀ PDF ਸ਼ੋਅ 'ਚ ਮੈਂ ਆਪਣਾ ਨਾਮ ਦੇਖਾਂ। ਦੇਸ਼ ਭਰ ਦੇ ਵਿੱਚ UPSC ਦਾ ਰਿਜ਼ਲਟ ਆ ਚੁੱਕਾ ਹੈ ਤਾਂ ਹੁਣ ਜਿੱਥੇ ਜਿਹਨਾਂ ਵੱਲੋਂ ਇਸ ਟੈਸਟ ਨੂੰ ਦੇਣ ਵਾਸਤੇ ਬੇਹੱਦ ਮਿਹਨਤ ਕੀਤੀ ਗਈ ਔਰ ਉਹਨਾਂ ਨੂੰ ਜਦੋਂ ਅੱਜ ਇਸ ਦੇਣ ਦਾ ਜਿਹੜਾ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਤਾਂ ਅੱਜ UPSC ਦੇ ਰਿਜ਼ਲਟ ਤੋਂ ਬਾਅਦ ਦੇਸ਼ ਭਰ ਦੇ ਵਿੱਚ ਖੁਸ਼ੀ ਦਾ ਮਾਹੌਲ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ। ਤਾਂ ਮੈਂ ਇਸ ਸਮੇਂ ਬਾਬਾ ਬਕਾਲਾ ਸਾਹਿਬ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਨੈਬ ਤਹਿਸੀਲਦਾਰ ਜੋ ਕਿ ਮੇਰੇ ਨਾਲ ਨੇ ਸ਼੍ਰੀ ਗੌਰਵ ਉੱਪਲ ਜੀ, ਇਹਨਾਂ ਵੱਲੋਂ ਵੀ UPSC ਦਾ ਜਿਹੜਾ ਹੈਗਾ ਸੀਗਾ ਟੈਸਟ ਦਿੱਤਾ ਗਿਆ ਔਰ ਉਸ ਤੋਂ ਬਾਅਦ 174 ਰੈਂਕ ਦੇ ਨਾਲ ਜਿਹੜਾ ਹੈਗਾ ਇਹਨਾਂ ਵੱਲੋਂ ਇਸ ਟੈਸਟ ਨੂੰ ਪਾਸ ਕੀਤਾ ਗਿਆ। ਪਹਿਲਾਂ ਸਰ ਬਹੁਤ ਬਹੁਤ ਮੁਬਾਰਕ। ਥੈਂਕ ਯੂ ਸੋ ਮਚ ਜੀ। ਥੈਂਕ ਯੂ ਸੋ ਮਚ ਸਰ। ਪਹਿਲਾ ਅਟੈਂਪਟ ਹੈਗਾ ਜਾਂ ਕਿਵੇਂ? ਨਹੀਂ, ਮੇਰਾ 3rd ਅਟੈਂਪਟ ਸੀਗਾ ਜੀ ਅਤੇ ਪਹਿਲੀ ਇੰਟਰਵਿਊ ਸੀਗੀ ਮੇਰੀ। ਠੀਕ ਹੈ, ਅਤੇ ਕਦੋਂ ਦੀ ਜਿਹੜੀ ਹੈਗੀ ਆ ਇਹਨੂੰ ਆਪਾਂ ਸ਼ੁਰੂਆਤ ਦੀ ਗੱਲ ਕਰੀਏ ਕਿ ਤਿਆਰੀ ਕਦੋਂ ਦੀ ਕਰ ਰਹੇ ਸੀਗੇ ਤੁਸੀਂ? ਇਹ ਮੈਂ ਤਿਆਰੀ ਅਰਾਊਂਡ 3-3.5 ਸਾਲ ਹੋ ਗਏ, 2020 ਅਗਸਤ ਤੋਂ ਅਰਾਊਂਡ ਮੈਂ ਕਰ ਰਿਹਾ ਤਿਆਰੀ। ਜਦੋਂ ਕੋਵਿਡ ਦੇ ਵਿੱਚ ਦੁਨੀਆ ਮੈਨੂੰ ਲੱਗਦਾ ਕਿ ਪਰੇਸ਼ਾਨ ਸੀ ਤੁਹਾਡੀ ਤਿਆਰੀ। ਹਾਂਜੀ, ਪਲਾਨ ਤਾਂ ਕੁਛ ਹੋਰ ਸੀਗਾ ਪਰ ਕੋਵਿਡ ਆ ਗਿਆ ਉਦੋਂ, ਫਿਰ ਆਨਲਾਈਨ ਹੀ ਸਾਰੀ ਤਿਆਰੀ ਕੀਤੀ ਤਾਂ ਕਰਕੇ। ਪਲਾਨ ਤਾਂ ਸੀਗਾ ਜਿੱਦਾਂ ਸਾਰੇ ਜਾਂਦੇ ਦਿੱਲੀ ਜਾ ਕੇ ਕੋਚਿੰਗ ਕਰਾਂਗੇ ਸਾਰੇ ਕਰਾਂਗੇ, ਪਰ ਕੋਵਿਡ ਆਇਆ, ਲੋਕਡਾਊਨ ਲੱਗਾ। ਠੀਕ ਹੈ, ਸ਼ਾਇਦ ਉਹ ਇੱਕ ਅਫਸਰ ਸੀਗਾ ਅਤੇ ਮੈਂ ਘਰ ਬਹਿ ਕੇ ਤਿਆਰੀ ਕੀਤੀ, ਫਿਰ ਆਨਲਾਈਨ ਸਾਰੀ ਤਿਆਰੀ ਕੀਤੀ। ਠੀਕ ਹੈ, ਅਤੇ ਇਹਦੇ ਵਿੱਚ ਵੈਸੇ ਸ਼ੁਰੂਆਤ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਕੀ ਜਿਹੜਾ ਹੈਗਾ ਸਟੱਡੀ ਦਾ ਥੋੜ੍ਹਾ ਜਿਹਾ ਤੁਸੀਂ ਇੱਕ ਵਾਰੀ ਕਲੀਅਰ ਕਰੋਗੇ ਕਿੱਦਾਂ ਕਿੱਦਾਂ ਸੀ ਜਾਣਨਾ ਪਊਗਾ? ਮੈਂ ਸਕੂਲਿੰਗ ਤਾਂ ਆਪਣੀ ਕਪੂਰਥਲੇ ਤੋਂ ਹੀ ਕੀਤੀ ਹੈ, ਮੈਂ ਕਪੂਰਥਲੇ ਤੋਂ ਬਿਲੋਂਗ ਕਰਦਾ, MGN ਪਬਲਿਕ ਸਕੂਲ ਤੋਂ। ਗ੍ਰੈਜੂਏਸ਼ਨ ਮੇਰੀ BTech ਹੈਗੀ ਮਕੈਨੀਕਲ ਇੰਜੀਨੀਅਰਿੰਗ ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ ਤੋਂ, ਅਤੇ ਉਸ ਤੋਂ ਬਾਅਦ ਫਿਰ ਮੈਂ ਜੋਬ ਕੀਤੀ, ਇੱਕ ਸਾਲ ਮੈਂ ਡੇਟਾ ਐਨਾਲਿਸਟ ਸੀਗਾ, ਦੈਨ ਫਿਰ ਮੈਂ ਤਿਆਰੀ ਸਟਾਰਟ ਕੀਤੀ, ਫਿਰ ਉਸ ਤੋਂ ਬਾਅਦ ਮੈਂ ਇੱਕ ਸਾਲ MHA ਵਿੱਚ ਇੰਸਪੈਕਟਰ ਸੀਗਾ, ਦੈਨ ਇੱਥੇ ਹੁਣ ਨੈਬ ਤਹਿਸੀਲਦਾਰ ਸੀਗਾ, ਅਤੇ ਹੁਣ ਵਿਦ ਗੋਡਸ ਗ੍ਰੇਸ ਹੁਣ ਮੈਂ 174 ਰੈਂਕ ਆਇਆ ਮੇਰਾ UPSC 'ਚ। ਕਿੰਨੀ ਖੁਸ਼ੀ ਹੈਗੀ ਅੱਜ ਇਸ ਦਿਨ ਨੂੰ ਲੈ ਕੇ? ਖੁਸ਼ੀ ਬਹੁਤ ਹੈ ਕਿਉਂਕਿ ਜਦੋਂ ਅਸੀਂ ਤਿਆਰੀ ਸ਼ੁਰੂ ਕਰਦੇ ਹਾਂ ਹਰ ਇੱਕ ਦਾ ਇਹੀ ਸੁਪਨਾ ਹੁੰਦਾ ਹੈ ਕਿ ਮੈਂ ਜਿਹੜੀ ਉਹ ਫਾਈਨਲ ਰਿਜ਼ਲਟ ਵਾਲੀ PDF ਸ਼ੋਅ 'ਚ ਮੈਂ ਆਪਣਾ ਨਾਮ ਦੇਖਾਂ ਜੀ। ਅਤੇ ਉਹ ਖੁਸ਼ੀ ਕਈ ਵਾਰ ਬੰਦਾ ਸੋਚਦਾ ਕੁਛ ਹੋਰ ਹੈ ਪਰ ਐਕਚੁਅਲ 'ਚ ਫਿਰ ਕੁਛ ਹੋਰ ਹੀ ਫੀਲ ਹੁੰਦਾ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ। ਜੀ ਜੀ, ਤਾਂ ਬਸ ਹੁਣ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਆਪਣੀ ਖੁਸ਼ੀ, ਬਟ ਖੁਸ਼ੀ ਬਹੁਤ ਜ਼ਿਆਦਾ ਹੈਗੀ ਹੈ। ਗੌਰਵ ਉੱਪਲ ਦੇ ਇਸ ਮੁਕਾਮ ਤੱਕ ਜਿਹੜਾ ਹੈਗਾ ਸਹੀ ਤੌਰ ਦੇ ਉੱਤੇ ਮਿਹਨਤ ਹੁੰਦੀ ਹੈ ਜਾਂ ਆਸ਼ੀਰਵਾਦ, ਠੀਕ ਹੈ, ਮਾਤਾ ਪਿਤਾ ਦਾ ਵਾ, ਕੋਈ ਸਹਿਯੋਗੀ ਖਾਸ ਹੋਵੇ, ਕਿਸੇ ਨੇ ਵਿਸ਼ੇਸ਼ ਜਿਹੜਾ ਹੈਗਾ ਇਸ ਕਹਿ ਸਕਦੇ ਹਾਂ ਕਿ ਅਹੁਦੇ ਤੱਕ ਪਹੁੰਚਣ ਦੇ ਲਈ ਜਿਹੜਾ ਹੈਗਾ ਤੁਹਾਡਾ ਸਹਿਯੋਗ ਕੀਤਾ ਹੋਵੇ ਕੋਈ ਜਿਹਾ ਨਾਮ? ਬਿਲਕੁਲ, ਮੇਰੇ ਪੇਰੈਂਟਸ ਨੇ, ਮੇਰੇ ਫਰੈਂਡਸ ਨੇ, ਐਂਡ ਵਨ ਆਫ ਮਾਈ ਕਲੋਜ਼ੈਸਟ ਫਰੈਂਡਸ ਵੀ ਹੈਗੇ ਨੇ ਜਿਹਨਾਂ ਨਾਲ ਹੋਪਫੁਲੀ ਸ਼ਾਇਦ ਅੱਗੇ ਵੀ ਮੇਰੀ ਜਰਨੀ ਰਹੇ, ਲਾਈਫ ਦੀ ਕੰਟੀਨਿਊ, ਤਾਂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਕਿ ਮੈਂ ਇੱਥੇ ਤੱਕ ਪਹੁੰਚਿਆ ਅਤੇ ਇਹ ਮੁਕਾਮ ਹਾਸਲ ਕੀਤਾ। ਅਗਲਾ ਟੀਚਾ ਸਰ ਕੀ ਦੇਖਦੇ ਹੋ ਕੀ ਹੈਗਾ? ਟੀਚਾ ਪਬਲਿਕ ਸਰਵਿਸ ਕਰਨਾ, ਹੁਣ IPS ਬਣ ਕੇ ਜਿਹੜੇ ਵੀ ਮੈਨੂੰ ਰੋਲਸ ਮਿਲਣਗੇ, ਕਿਉਂਕਿ ਇਸ ਰੈਂਕ 'ਤੇ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਉਹੀ ਸਰਵਿਸ ਮਿਲੇਗੀ, ਅਤੇ ਜੇ ਉਹ ਐਲੋਕੇਟ ਹੋਏਗੀ ਤਾਂ ਹੁਣ ਵੀ ਉਹ ਪਬਲਿਕ ਸਰਵਿਸ ਕਰ ਰਿਹਾ ਸੀਗਾ ਬੀਂਗ ਅ ਨਾਇਬ ਤਹਿਸੀਲਦਾਰ, ਅਤੇ ਅੱਗੇ ਵੀ ਉਹ ਚੀਜ਼ ਜਾਰੀ ਰਹੇਗੀ। ਰਿਜ਼ਲਟ ਦਾ ਅੱਜ ਜਿੱਦਾਂ ਕਲੀਅਰ ਹੋਇਆ ਜਾਂ ਕਾਲ ਤੋਂ ਸ਼ੁਰੂ ਹੋਇਆ, ਕਿਉਂਕਿ ਅਸੀਂ ਦੇਖ ਰਹੇ ਉਦੋਂ ਦੇ ਫੋਨ ਨਹੀਂ ਬੰਦ ਹੋ ਰਹੇ ਨਾ? ਬਸ ਕਾਲ ਤਾਂ ਅਜੇ ਵੀ ਆਈ ਜਾ ਰਹੇ ਨੇ, ਤੁਹਾਨੂੰ ਪਤਾ ਲੱਗਦਾ ਅੱਜ ਕੱਲ੍ਹ ਆਨਲਾਈਨ ਸਭ ਜਗ੍ਹਾ ਪਹੁੰਚ ਜਾਂਦਾ ਰਿਜ਼ਲਟ, ਅਤੇ ਜਿੰਨੇ ਵੀ ਮੇਰੇ ਸ਼ੁਭ ਚਿੰਤਕ ਨੇ ਸਾਰਿਆਂ ਦੇ ਕਾਲਸ ਆ ਰਹੇ ਨੇ,
ਵਧਾਈਆਂ ਦੇਣ ਵਾਸਤੇ ਜੀ। ਗੌਰਵ ਜੀ, ਸੁਨੇਹਾ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਹੈ, ਕਿਉਂਕਿ ਸਿੱਖਿਆ ਕਹਿ ਸਕਦੇ ਕਿ ਇਹੋ ਜਿਹਾ ਗਹਿਣਾ ਹੈਗਾ ਕਿ ਤੁਹਾਨੂੰ ਜਿਹੜਾ ਹੈਗਾ ਹਮੇਸ਼ਾ ਉੱਪਰ ਚੁੱਕਦਾ ਰਹਿੰਦਾ, ਔਰ ਇੱਕ ਚੰਗਾ ਮਾਨ ਸਨਮਾਨ ਜਿਹੜਾ ਹੈਗਾ ਸਮਾਜ ਦੇ ਵਿੱਚ ਵੀ ਮਿਲਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਹੈਗੀ ਆ, ਉਸਨੂੰ ਕਿਸ ਤਰ੍ਹਾਂ ਦਾ ਤੁਸੀਂ ਸੁਨੇਹਾ ਜਿਹੜਾ ਹੈਗਾ ਆਪਣੇ ਵੱਲੋਂ ਦੇਣਾ ਚਾਹੁੰਦੇ? ਬਿਲਕੁਲ, ਮੈਂ ਇਹੀ ਸੁਨੇਹਾ ਸਪੈਸ਼ਲੀ ਆਪਣੇ ਪੰਜਾਬ ਦੇ ਜਾਂ ਹੋਰ ਵੀ ਸਾਰੇ ਨੌਜਵਾਨਾਂ ਨੂੰ ਦੇਣਾ ਚਾਹੂੰਗਾ ਕਿ ਜਦੋਂ ਵੀ ਤੁਸੀਂ ਮਿਹਨਤ ਕਰਦੇ ਹੋ, ਪੜ੍ਹਾਈ ਕਦੇ ਵੀ ਵਿਅਰਥ ਨਹੀਂ ਜਾਂਦੀ, ਲੱਗੇ ਰਹੋ। ਫੇਲੀਅਰਸ ਜ਼ਰੂਰ ਹੁੰਦੇ। ਹੁਣ ਮੇਰਾ ਥਰਡ ਅਟੈਂਪਟ ਸੀਗਾ, ਇੱਕ ਬੜਾ ਵਧੀਆ ਇੰਗਲਿਸ਼ ਦਾ ਕੋਟ ਹੈਗਾ, ਫਾਲ 7 ਟਾਈਮਸ ਗੈਟ ਅਪ 8, ਭਾਵੇਂ ਤੁਸੀਂ 7 ਵਾਰ ਡਿੱਗੋ ਪਰ 8ਵੀਂ ਵਾਰ ਉੱਠੋ ਜ਼ਰੂਰ ਅਤੇ ਮਿਹਨਤ ਕਰੋ। ਤਾਂ ਨੌਜਵਾਨ ਪੀੜ੍ਹੀ ਇਸੇ ਅਗਰ ਇੱਦਾਂ ਦੇ ਚੀਜ਼ਾਂ ਨੂੰ ਲੈ ਕੇ ਅੱਗੇ ਵਧੇਗੀ, ਮਿਹਨਤ ਕਰੇਗੀ, ਪੜ੍ਹਾਈ ਕਰੇਗੀ, ਤਾਂ ਡੈਫੀਨੇਟਲੀ ਉਹਦਾ ਨਤੀਜਾ ਆਏਗਾ। ਅੱਜ ਉਹ ਨਤੀਜਾ ਆਇਆ? ਬਿਲਕੁਲ, ਮਿਹਨਤ ਨਾਲ ਵੀ ਆਇਆ ਅਤੇ ਪਰ ਸਭ ਤੋਂ ਜ਼ਿਆਦਾ ਤਾਂ ਪਰਮਾਤਮਾ ਦੀ ਕਿਰਪਾ ਨਾਲ ਆਇਆ ਜੀ। ਹਾਲੇ ਪਰਿਵਾਰ ਕੋਲ ਜਾਣਾਗੇ ਜੀ? ਬਿਲਕੁਲ, ਮੈਂ ਅੱਜ ਇੱਥੇ ਆਇਆ ਸੀਗਾ, ਹੁਣ ਮੈਂ ਜਾਊਂਗਾ, ਘਰ ਜਾਊਂਗਾ, ਪਰਿਵਾਰ ਨੂੰ ਮਿਲਣਾ ਜੀ। ਲੱਗੀ ਜੀ ਖੁਸ਼ੀ ਹੈਗੀ ਅੱਜ, ਕਿਉਂਕਿ ਰੂਟੀਨ ਦੇ ਵਿੱਚ ਜਦੋਂ ਨੈਬ ਸਾਹਿਬ ਦੀ ਇੱਥੇ ਡਿਊਟੀ ਹੁੰਦੀ ਹੈ, ਤਾਂ ਰੂਟੀਨ ਦੇ ਵਿੱਚ ਜਦੋਂ ਜਾਣਾ ਹੈਗਾ ਉਹ ਇੱਕ ਅਲੱਗ ਜਾਣਾ ਹੁੰਦਾ, ਔਰ ਅੱਜ ਇੱਕ ਵੱਖਰੀ ਖੁਸ਼ੀ ਜਿਹੜੀ ਹੈਗੀ ਆਪਣੇ ਨਾਲ ਲੈ ਕੇ ਜਿਹੜਾ ਹੈਗਾ ਜਾ ਰਿਹਾ ਹੁੰਦਾ। ਬਿਲਕੁਲ ਬਿਲਕੁਲ, ਇਹ ਖੁਸ਼ੀ ਬਹੁਤ ਅਨਮੁੱਲੀ ਖੁਸ਼ੀ ਹੈ ਬਿਲਕੁਲ, ਜਿਹੜੀ ਲਾਈਫ 'ਚ ਇੱਕ ਵਾਰ ਹੀ ਆਉਂਦੀ ਹੈ, ਅਤੇ ਅੱਜ ਉਹ ਖੁਸ਼ੀ ਆਈ ਹੈ। ਭਾਗਾਂ ਵਾਲਾ ਦਿਨ ਆਇਆ ਅਤੇ ਹੁਣ ਮੈਂ ਘਰਦਿਆਂ ਨੂੰ ਜਾ ਕੇ ਮਿਲੂੰਗਾ ਜੀ। ਬਹੁਤ ਧੰਨਵਾਦ, ਬਹੁਤ ਬਹੁਤ ਮੁਬਾਰਕਾਂ ਅਗੇਨ। ਥੈਂਕ ਯੂ ਸਾਈ ਸਨ ਨੈਪਸੀਲਰ ਗੌਰਵ ਉੱਪਲ। ਕਹਿੰਦੇ ਨੇ ਕਿ ਮਿਹਨਤ ਰੰਗ ਲਿਆਉਂਦੀ ਹੈ, ਅਤੇ ਅੱਜ ਮਿਹਨਤ ਨੇ ਉਹ ਰੰਗ ਲਿਆਂਦਾ ਹੈਗਾ। ਅੱਜ ਜਿਸ ਮੁਕਾਮ ਦੇ ਉੱਤੇ ਪਹਿਲਾਂ ਹੀ ਗੌਰਵ ਉੱਪਲ ਇੱਥੇ ਬੈਠੇ ਹੋਏ ਨੇ, ਔਰ ਉਸ ਤੋਂ ਵੱਡੀ ਪ੍ਰਾਪਤੀ ਜਿਹੜੀ ਹੈਗੀ ਆ ਉਹਨਾਂ ਵੱਲੋਂ ਕੀਤੀ ਗਈ ਹੈ। ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ, ਬਾਬਾ ਬਕਾਲਾ ਸਾਹਿਬ।